ਬੰਦੇ ਨੇ ਪਤਾ ਨਹੀਂ ਸੋਚਣਾ ਹੁੰਦਾ ਹੈ ਜਾਂ ਕੀ ਉਹਨੇ ਸਲਾਹਾਂ ਕਰਨੀਆਂ ਹੁੰਦੀਆਂ। ਇਹ ਤੇ ਮੌਕੇ ਤੇ ਬਿਆਨਾ ਪੜਾ ਰਿਹਾ ਔਰ ਸੁਬਹ ਪੇਮੈਂਟ ਵੀ ਕਰੇਗਾ ਹਰ ਸੂਰਤ, ਠੀਕ ਹੈ। 50,000 ਹੋਣੇ ਪਏ ਉਹਨੂੰ ਉਹਨੇ ਪੇਮੈਂਟ ਵੀ ਕਰਨਾ, ਠੀਕ ਹੈ। ਤੇ ਗੱਲ ਸੁਣੋ, ਜਿਹਨੇ 50,000 ਤੋਂ ਗੱਡੀ ਨਹੀਂ ਨਾ ਦੇਣੀ, ਦੇਖੋ ਉਹਨੇ ਉਸ ਬੰਦੇ ਮੇਰੇ ਖਿਆਲ ਨਾਲ ਪਛਤਾਉਣਾ ਹੁੰਦਾ ਹੈ। ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈ, ਇਹ ਨਹੀਂ ਕਿ ਇਹਨਾਂ ਨੂੰ ਮੈਂ ਗੱਲ ਆ ਰਿਹਾ, ਇਹ ਮੇਰਾ ਵੀ ਐਕਸਪੀਰੀਅੰਸ ਹੈ। ਗੱਡੀ ਦੇਣੀ ਚਾਹੀਦੀ, मुल पूरा ला दिता यार, जिन्हें सुनो अच्छा गल सुनो, चीचा वतनी वाले बंदे कितने ने, चीचा वतनी वाले इधर ला गए ने मेरे, इन्वेस्टर इन्हें इथे लेनी है, इथे बेचनी है, जे ओदी समझ ते